ਰੁਕ ਕੁੜੀਏ ਕਿੱਧਰ ਨੂੰ ਮੂੰਹ ਚੱਕਿਆ ਮੰਮੀ ਮੈਂ ਇਹਨਾਂ ਨਾਲ ਚੱਲੀ ਸੀ ਜਿੱਥੇ ਮਰਜ਼ੀ ਜਾਓ ਇਹੋ ਜਿਹੇ ਕੱਪੜੇ ਨਹੀਂ ਪਾਉਣੇ ਘਰ ਦੀਆਂ ਨੂੰਹਾਂ ਨੂੰ ਇਹੋ ਜਿਹੇ ਕੱਪੜੇ ਨਹੀਂ ਸੋਹਣੇ ਲੱਗਦੇ ਪਹਿਲਾਂ ਕੱਪੜੇ ਬਦਲ ਕੇ ਆ ਫਿਰ ਜਾਈ ਜਿੱਥੇ ਜਾਣਾ ਉਹ ਰੋਜੀ ਚੱਲ ਹੁਣ ਲੇਟ ਹੁੰਦੇ ਆ ਛੇਤੀ ਕਰ ਆ ਗਈ ਜੀ ਮੈਂ ਚਲੋ ਚੱਲੀਏ ਤੂੰ ਆ ਕੀ ਤੂੰ ਸਲਵਾਰ ਸੂਟ ਕਿਉਂ ਪਾਇਆ ਜਿਹੜਾ ਤੈਨੂੰ ਮੈਂ ਜੀਨ ਟੌਪ ਲਿਆ ਕੇ ਦਿੱਤਾ ਸੀ ਉਹ ਕਿਉਂ ਨਹੀਂ ਪਾਇਆ ਉਹ ਜੀ ਮੈਂ ਫੇਰ ਕਦੇ ਪਾ ਲੂੰਗੀ ਅੱਜ ਮੇਰਾ ਨਾ ਸਲਵਾਰ ਸੂਟ ਪਾਉਣ ਨੂੰ ਜੀ ਕਰਦਾ ਸੀ ਤਾਂ ਕਰਕੇ ਮੈਂ ਪਾਇਆ ਜੀ ਕਰਦਾ ਇਹ ਗੱਲ ਤਾਂ ਹੈ ਨਹੀਂ ਗੱਲ ਤਾਂ ਵਿੱਚੋਂ ਕੋਈ ਹੋਰ ਆ ਤੂੰ ਤਾਂ ਆਪਣੇ ਪੇਕੇ ਘਰ ਵੀ ਕਦੇ ਸਲਵਾਰ ਸੂਟ ਨਹੀਂ ਪਾਇਆ ਉੱਥੇ ਵੀ ਤਾਂ ਜੀਨ ਟੌਪ ਹੀ ਪਾਉਂਦੀ ਸੀ ਰੋਜੀ ਮੈਨੂੰ ਗੱਲ ਦੱਸ ਗੱਲ ਵਿੱਚੋਂ ਕੀ ਆ ਤੈਨੂੰ ਮੇਰਾ ਦਿੱਤਾ ਹੋਇਆ ਗਿਫਟ ਨਹੀਂ ਪਸੰਦ ਜਾਂ ਫਿਰ ਤੈਨੂੰ ਕਿਸੇ ਨੇ ਕੁਛ ਕਿਹਾ ਨਹੀਂ ਨਹੀਂ ਮੈਨੂੰ ਕਿਸੇ ਨੇ ਕੁਛ ਨਹੀਂ ਕਿਹਾ ਉਹ ਤਾਂ ਮੇਰਾ ਹੀ ਨਹੀਂ ਸੀ ਦਿਲ ਕਰਦਾ ਜੀਨ ਟੌਪ ਪਾਉਣ ਨੂੰ ਤਾਂ ਕਰਕੇ ਰੋਜੀ ਸੱਚ ਸੱਚ ਦੱਸ ਝੂਠ ਨਾ ਬੋਲ ਤੈਨੂੰ ਕਿਤੇ ਮੰਮੀ ਨੇ ਤਾਂ ਨਹੀਂ ਕੁਛ ਕਿਹਾ ਠੀਕ ਆ ਫਿਰ ਤੂੰ ਕੁਛ ਨਹੀਂ ਦੱਸਣਾ ਨਾ ਮੈਨੂੰ ਫਿਰ ਮੈਂ ਜਾ ਕੇ ਮੰਮੀ ਨਾਲ ਹੀ ਗੱਲ ਕਰਦਾ ਉਹਨਾਂ ਨੂੰ ਹੀ ਪੁੱਛਦਾ ਕੀ ਗੱਲ ਹੋਈ ਆ ਨਹੀਂ ਨਹੀਂ ਤੁਸੀਂ ਮੰਮੀ ਤੋਂ ਕੁਛ ਨਹੀਂ ਪੁੱਛਣਾ ਕੋਈ ਗੱਲ ਨਹੀਂ ਕਰਨੀ ਮੰਮੀ ਨਾਲ ਨਾਲੇ ਮੰਮੀ ਨੇ ਕਿਹੜਾ ਕੁਛ ਗਲਤ ਕਿਹਾ ਮੈਂ ਇਸ ਘਰ ਦੀ ਨੂੰਹ ਹਾਂ ਮੇਰਾ ਫਰਜ਼ ਬਣਦਾ ਜੋ ਕੁਛ ਵੀ ਮੰਮੀ ਕਹਿਣ ਮੈਂ ਉਹਨਾਂ ਦੀ ਗੱਲ ਮੰਨਾਂ ਨਾਲੇ ਮੇਰੀ ਮਾਂ ਨੇ ਮੈਨੂੰ ਇਹੋ ਜਿਹੇ ਸੰਸਕਾਰ ਨਹੀਂ ਦਿੱਤੇ ਵੀ ਮੈਂ ਵੱਡਿਆਂ ਦਾ ਕਹਿਣਾ ਨਾ ਮੰਨ ਕੇ ਆਪਣੀਆਂ ਮਰਜ਼ੀਆਂ ਕਰਾਂ ਗੱਲ ਤਾਂ ਬਿਲਕੁਲ ਕਲੀਅਰ ਆ ਤੈਨੂੰ ਮੰਮੀ ਨੇ ਕੁਛ ਕਿਹਾ ਤੇਰੀਆਂ ਸਾਰੀਆਂ ਗੱਲਾਂ ਮੈਂ ਸਮਝ ਗਿਆ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਆਪਣੇ ਚਾਹ ਮਾਰ ਕੇ ਦੂਜਿਆਂ ਨੂੰ ਖੁਸ਼ ਰੱਖਣਾ ਕਿੱਥੋਂ ਦੀ ਸਮਝਦਾਰੀ ਆ ਮੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਜੀ ਮੈਨੂੰ ਤਾਂ ਸਿਰਫ ਇੰਨਾ ਪਤਾ ਵੀ ਸਭ ਦਾ ਖਿਆਲ ਰੱਖਣਾ ਮੇਰੀ ਜ਼ਿੰਮੇਵਾਰੀ ਆ ਠੀਕ ਆ ਫਿਰ ਸਭ ਦਾ ਖਿਆਲ ਰੱਖਣਾ ਉਹ ਤੇਰੀ ਜ਼ਿੰਮੇਵਾਰੀ ਪਰ ਤੇਰਾ ਖਿਆਲ ਰੱਖਣਾ ਉਹ ਮੇਰੀ ਜ਼ਿੰਮੇਵਾਰੀ ਆ ਤੂੰ ਮੇਰੇ ਲਈ ਆਪਣਾ ਸਭ ਕੁਛ ਛੱਡ ਕੇ ਆਈ ਆ ਆਪਣਾ ਪਰਿਵਾਰ ਆਪਣੇ ਮਾਂ ਪਿਓ ਆਪਣੇ ਭਾਈ ਭੈਣ ਜਦ ਤੂੰ ਇੰਨਾ ਕੁਛ ਮੇਰੇ ਲਈ ਛੱਡ ਸਕਦੀ ਆ ਇਹਦਾ ਇਹ ਮਤਲਬ ਨਹੀਂ ਤੂੰ ਆਪਣੇ ਚਾਹ ਵੀ ਛੱਡ ਦੇਂਗੀ ਨਹੀਂ ਜੀ ਇਹ 'ਚ ਚਾਹ ਛੱਡਣ ਵਾਲੀ ਕਿਹੜੀ ਗੱਲ ਆ ਮੈਂ ਤਾਂ ਜਿਵੇਂ ਹੈਗੀ ਆ ਮੈਂ ਇੱਦਾਂ ਵੀ ਬਹੁਤ ਖੁਸ਼ ਹਾਂ ਤੁਸੀਂ ਮੇਰਾ ਇੰਨਾ ਤਾਂ ਖਿਆਲ ਰੱਖਦੇ ਹੋ ਰੋਜੀ ਸਿੱਧੀ ਜਿਹੀ ਗੱਲ ਆ ਘਰ ਦੀਆਂ ਜ਼ਿੰਮੇਵਾਰੀਆਂ ਇੱਕ ਪਾਸੇ ਤੇਰੀਆਂ ਖੁਸ਼ੀਆਂ ਇੱਕ ਪਾਸੇ ਤੈਨੂੰ ਸਾਡੇ ਪਿੱਛੇ ਆਪਣੀਆਂ ਖੁਸ਼ੀਆਂ ਮਾਰਨ ਦੀ ਲੋੜ ਨਹੀਂ ਤੇਰਾ ਜੋ ਜੀ ਕਰਦਾ ਉਹ ਪਾ ਰਹੀ ਗੱਲ ਮੰਮੀ ਦੀ ਮੰਮੀ ਨਾਲ ਮੈਂ ਆਪੇ ਗੱਲ ਕਰ ਲੂੰ ਮੈਨੂੰ ਪੂਰਾ ਯਕੀਨ ਆ ਮੰਮੀ ਮੇਰੀ ਗੱਲ ਪੂਰੀ ਤਰ੍ਹਾਂ ਸਮਝਣਗੇ ਕਿਉਂਕਿ ਉਹ ਵੀ ਇੱਕ ਔਰਤ ਨੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਨਾ ਭੁੱਲਿਓ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ਼੍ਰੀ ਅਕਾਲ